ਰਾਹੁਲ ਗਾਂਧੀ ਜੀ ਨੂੰ ਪੂਰੇ ਪੰਜਾਬ ਤੋਂ ਸਿੱਖ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ। ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਟੈਂਗ ਚੜਾਉਣ ਦੀ ਮਾਫੀ ਮੰਗਣੀ ਚਾਹੀਦੀ। ਪੰਜਾਬ ਨੂੰ ਜ਼ਖਮ ਦੇਣ ਦੀ ਮਾਫੀ ਮੰਗਣੀ ਚਾਹੀਦੀ। ਅੱਜ ਹਾਲਾਤ ਕੀ ਹੋ ਗਏ ਕਿ ਰਾਹੁਲ ਗਾਂਧੀ ਜੀ ਤੁਸੀਂ ਪੈਂਫਲੇਟ ਭਵਾਏ ਹਰ ਘਰ ਨੌਕਰੀ ਸਰਕਾਰ ਤੋਂ ਡਿੱਚਲ ਗਈ ਨੌਕਰੀ ਦੇ ਨਹੀਂ ਇਹ। ਔਰ ਰਾਹੁਲ ਗਾਂਧੀ ਜੀ ਜਿੱਥੇ-ਜਿੱਥੇ ਵੀ ਸਰਕਾਰਾਂ ਜਾਂਦੇ ਨੇ ਝੂਠ ਬੋਲਦੇ ਨੇ। ਔਰ ਅਗਰ ਮਹਾ ਛੂਠੇ ਦਾ ਅਵਾਰਡ ਕਿਸ ਨੂੰ ਮਿਲਣਾ ਹੋਏਗਾ ਉਹ ਰਾਹੁਲ ਗਾਂਧੀ ਨੂੰ ਆਪਣੀ ਪਾਰਟੀ ਦਾ ਝੰਡਾ ਔਰ ਏਜੰਡਾ ਤੁਸੀਂ ਮੁਸਲਿਮ ਲੀਕ ਕੋ ਗਿਰਵੀ ਰੱਖਤਾ ਔਰ ਦੇਸ਼ ਦੇ اندر ਮੁਸਲਿਮ ਲੀਕ ਦਾ ਏਜੰਡਾ ਚਲਾਉਣ ਦੀ ਕੋਸ਼ਿਸ਼ ਕਰ ਰਹੇ ਇਹ ਨਹੀਂ ਚੱਲੇਗਾ ਔਰ ਪੰਜਾਬ ਦੀ ਜਨਤਾ ਕਰਾਰਾ ਜਵਾਬ ਦੇਗੀ ਰਾਹੁਲ ਗਾਂਧੀ ਵੀ ਪੰਜਾਬ ਦੇ ਦੌਰੇ ਤੇ ਸੀ ਉਹਨਾਂ ਦੇ ਵੱਲੋਂ ਵੀ ਬੜੇ ਵੱਡੇ ਬਿਆਨ ਦਿੱਤੇ ਗਏ ਕਿ ਹੱਥ ਵਿੱਚ ਗੁਦਕਾ ਫੜਿਆ ਸੀ ਕੁਝ ਚੀਜ਼ ਫੜੀ ਬੇਬਲ ਵਰਗੀ ਫੜੀ ਸੀ ਜਿਹਦੇ ਵਿੱਚ ਕਹਿ ਰਹੇ ਕਿ ਮੈਂ ਕੁਝ ਸਭ ਪੜ ਕੇ ਪੰਜਾਬ ਵਾਸਤੇ ਕੁਝੇ ਕਰਨੂੰ ਸਭ ਤੋਂ ਪਹਿਲੇ ਤਾਂ ਉਹਨਾਂ ਨੂੰ ਸ੍ਰੀ ਹਰਮੰਦਰ ਸਾਹਿਬ ਆ ਕੇ ਮਾਫੀ ਮੰਗਣੀ ਚਾਹੀਦੀ ਪੂਰੇ ਪੰਜਾਬ ਕੋਲੋਂ ਕਿ ਜਿਸ ਤਰ੍ਹਾਂ ਉਹਨਾਂ ਨੇ ਉਹਨਾਂ ਦੇ ਪਿਤਾਜ ਦੇ ਟਾਈਮ 'ਚ ਸਿੱਖ ਕਤਲੋਗਾਰਤ ਸਿੱਖਾਂ ਦੇ ਗਲੀਆਂ 'ਚ ਟਾਇਰ ਪਾਏਗੇ ਜਿੰਦਾ ਸਾੜਿਆ ਗਿਆ ਗੁਰਦੁਆਰੇ ਸਾੜੇਗੇ ਉਰੋ ਲੀਡਰ ਅੱਜ ਵੀ ਕਾਂਗਰਸ ਪਾਰਟੀ ਦੇ ਲੀਡਰ ਨੇ। ਰਾਹੁਲ ਗਾਂਧੀ ਜੀ ਨੂੰ ਪੂਰੇ ਪੰਜਾਬ ਤੋਂ ਸਿੱਖ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ ਹੈ। ਸ਼੍ਰੀ ਹਰਮੰਦਰ ਸਾਹਿਬ ਤੇ ਟੈਂਕ ਚੜਾਉਣ ਦੀ ਮਾਫੀ ਮੰਗਣੀ ਚਾਹੀਦੀ। ਪੰਜਾਬ ਨੂੰ ਜ਼ਖਮ ਦੇਣ ਦੀ ਮਾਫੀ ਮੰਗਣੀ ਚਾਹੀਦੀ। ਅੱਜ ਹਾਲਾਤ ਕੀ ਹੋ ਗਏ ਕਿ ਰਾਹੁਲ ਗਾਂਧੀ ਜੀ ਤੁਸੀਂ ਪੈਂਫਲੇਟ ਪਰਵਾਏ ਹਰ ਘਰ ਨੌਕਰੀ ਸਰਕਾਰ ਤੋਂ ਡਿੱ ਚਲ ਗਈ ਨੌਕਰੀ ਤੇ ਮਿਲੀ ਨਹੀਂ। ਔਰ راہુલ ਗਾਂਧੀ ਜੀ ਜਿੱਥੇ-ਜਿੱਥੇ ਵੀ ਸਰਕਾਰਾਂ ਜਾਂਦੇ ਨੇ ਝੂਠ ਬੋਲਦੇ ਨੇ ਔਰ ਅਗਰ ਮਹਾ ਝੂਠੇ ਦਾ ਅਵਾਰਡ ਕਿਸੇ ਨੂੰ ਮਿਲਣਾ ਹੋਏਗਾ ਉਹ راہુલ ਗਾਂਧੀ ਜੀ ਨੂੰ ਮਿਲਣਾ ਇੱਕ ਪਾਸੇ ਆਪਣੀ ਪਾਰਟੀ ਦਾ ਝੰਡਾ ਔਰ ਏਜੰਡਾ ਤੁਸੀਂ ਮੁਸਲਿਮ ਲੀਗ ਕੋ ਗਿਰਵੀ ਰੱਖਤਾ ਔਰ ਦੇਸ਼ ਦੇ ਅੰਦਰ ਮੁਸਲਿਮ ਲੀਗ ਦਾ ਏਜੰਡਾ ਚਲਾਉਣ ਦੀ ਕੋਸ਼ਿਸ਼ ਕਰ ਰਹੇ ਇੰਨੀ ਚੱਲੇਗਾ ਔਰ ਪੰਜਾਬ ਦੀ ਜਨਤਾ ਕਰਾਰਾ ਜਵਾਬ ਦੇਗੀ ਕਿ ਤੁਸੀਂ ਇੱਕ ਪਾਸੇ ਤੇ راہુલ ਗਾਂਧੀ ਜੀ ਖੁਸ਼ੀ-ਖੁਸ਼ੀ ਕੇਜਰੀਵਾਲ ਨੂੰ ਵੋਟਾਂ ਪਾ ਰਹੇ ਔਰ ਕਹਿ ਰਹੇ ਹੋ ਕਿ ਸਾਡਾ ਭਾਈਚਾਰਾ ਦਿੱਲੀ ਚ ਤੁਹਾਡਾ ਭਾਈਚਾਰਾ ਤੇ ਪੰਜਾਬ ਚ ਆਮ ਆਦਮੀ ਪਾਈ ਪਾਰਟੀ ਭਾਈ ਬਣ ਗਈ ਤੇ ਤੁਸੀਂ ਚਾਰਾ ਬਣ ਗਏ ਰੋਜ਼ ਤੁਹਾਡੇ ਬੰਦੇ ਫੜੇ ਜਾਂ ਕਾਰੀ ਦੋਸਤੀ ਹੈ 18 ਉਮੀਦਵਾਰ ਬਨੇ ਨੇ ਪ੍ਰਧਾਨ ਮੰਤਰੀ ਬਨਣ ਦੇ ਹਰ ਆਂਦੀ ਕਹਿੰਦਾ ਮੈਂ ਪ੍ਰਧਾਨ ਮੰਤਰੀ ਬੰਨਾ ਮੈਂ ਪ੍ਰਧਾਨ ਮੰਤਰੀ ਬੰਨਾ ਮੈਂ ਪ੍ਰਧਾਨ ਮੰਤਰੀ ਬੰਨਾ ਇਹ ਇੰਡੀ ਘਟਬਿੰਦਨ ਕੇਵਲ ਵਾ ਕੇਵਲ ਸੱਤਾ ਲਪਸਾ ਚ ਕੰਮ ਕਰਨ ਵਾਲੇ ਲੋਕਾਂ ਦਾ ਸਮੂਹ ਹੈ ਇਸ ਇੰਡੀਅਨ ਨੈਸ਼ਨ ਕੱਟ ਜੁਰਦੂ ਕਿੱਦਾਂ ਵੇ ਕਰਿਓ ਕਿ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਪਾਰਟੀਆਂ ਲੜੀਆਂ ਪਰ ਦਿੱਲੀ ਦੇ ਸੈਟ ਜੇ ਗੱਲ ਕੀਤੀ ਵੀ ਇਕੱਠੀਆਂ ਲੜ ਰਹੀਆਂ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਕਰ ਕੀ ਰਹੇ ਨੇ ਇਸ ਰਹਿ ਕਿ 1 ਤਰੀਕ ਨੂੰ ਇਹਨਾਂ ਨੇ ਮੀਟਿੰਗ ਸੱਦੀ ਜੀ ਅੱਧੇ ਬੰਦੇ ਨੇ ਕਿਸੇ ਆਣਾ ਨਹੀਂ ਹਜੇ ਤੱਕ ਲੀਡਰ ਨਹੀਂ ਚੁਣ ਸਕੇ ਸਹਿਯੋਜਕ ਨਹੀਂ ਚੁਣ ਸਕੇ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਤੇ ਬਹੁਤ ਦੂਰ ਕਿਰੇ ਪ੍ਰਧਾਨ ਮੰਤਰੀ ਪਦ ਦੀ ਉਮੀਦਵਾਰ ਦੀ ਗੱਲ ਹੋਏ ਤੇ ਉੱਤੇ ਐਂਬੂਲੈਂਸ ਬੁਲਾਨੀ ਪੈਗੀ ਇਹਨਾਂ ਦੀ ਮੀਟਿੰਗ ਦੇ ਬਾਅਦ ਇਹ ਹਾਲਾਤ ਨੇ ਔਰ ਦੂਜੇ ਪਾਸੇ ਕੇਜਰੀਵਲ ਸਾਹਿਬ ਕੋ ਮਰੇ ਨੇ ਕੇਜਰੀਵਲ ਸਾਹਿਬ ਨੂੰ 1000 ਰੁਪਏ ਕਦੋਂ ਮਿਲਣਾ ਹੈ ਉਹ ਤਾਂ 100 ਰੁਪਏ ਕਰਤਾ ਜੀ ਉਹ ਸਰ 1000 ਵੀ ਨਹੀਂ ਆਇਆ ਤੇ 1100 ਵੀ ਨਹੀਂ ਆਣਾ ਇਹ ਇਹ ਠੱਗ ਨੇ ਲੋਕ ਇਹ ਵੋਟਾਂ ਦੇ ਠੱਗ ਨੇ ਝੂਠ ਬੋਲ ਕੇ ਲੋਕਾਂ ਨੂੰ ਠੱਗ ਰਹੇ ਨੇ ਕੇਜਰੀਵਲ ਸਾਹਿਬ ਤੇ ਆਪ ਜ਼ਮਾਨਤ ਤੇ ਛੁੱਟ ਕੇ ਆਏ ਬਾਰ ਉਹ ਜ਼ਮਾਨਤ ਤੇ ਆਇਆ ਬੰਦਾ ਕੀ ਕਰੇਗਾ ਔਰ ਜ਼ਮਾਨਤ ਵੀ ਕੀ ਚੀਜ਼ ਦੀ 托ਕਾ ਡੜੀ ਜਾਲਸਾ ਜੀ ਫਰਾਡ ਲੋਕਾਂ ਦੀ ਜੇਬ ਕੱਟੀ ਔਰ ਬੰਦਾ ਅਦਾਲਤ ਚ ਪੇਚ ਹੋਇਆ ਤੇ ਅਦਾਲਤ ਵਾਲੇ ਨੇ ਕਿਹਾ ਕਿ ਪ੍ਰਾਈਮ ਮਫੇਸੀ ਅਰਵਿੰਦ ਕੇਜਰੀਵਾਲ ਕਰਪਟ ਹੈ ਐਜ਼ ਅ ਚੀਫ ਮਿਨਿਸਟਰ ਵੀ ਔਰ ਐਜ਼ ਅ ਪ੍ਰੈਜ਼ੀਡੈਂਟ ਜਿਨ੍ਹਾਂ ਬੰਦਿਆਂ ਦਾ ਅਕਸ ਖਤਮ ਹੋ ਗਿਆ ਜਿਨ੍ਹਾਂ ਨੂੰ ਲੋਕ ਮੂੰਹ ਨਾ ਲਾ ਰਹੇ ਉਹ ਲੋਕ ਪੋਲਿਟਿਕਸ ਪੋਲਿਟਿਕਸ ਖੇល ਰਹੇ ਐ ਡਿੰਚਲ